ਹੈ ਗਾਇਜ਼ ਵੈਲਕਮ ਟੂ ਗਿਲਜ ਮੈਂਟੋਰ ਈ ਲਰਨਿੰਗ ਪਲੇਟਫਾਰਮ ਗਿਲਜ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਇੱਕ ਵਾਰ ਫੇਰ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੇ ਐਸੇ YouTube ਚੈਨਲ ਤੇ ਕੋਵਿਡ-19 ਦੇ ਰਿਲੇਟਡ ਇੰਪੋਰਟੈਂਟ ਕੁਐਸਚਨਸ ਦੀ ਸੀਰੀਜ਼ ਨੰਬਰ ਅੱਜ ਜਿਹੜੀ ਕਲਾਸ ਨੰਬਰ 14ਵੀਂ ਹੈ ਦੋਸਤੋ ਇੱਕ ਇਸ ਲਈ ਜਿਹੜੇ ਅੱਜ ਇਸ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਮੇਰੀ ਰਿਕਵੈਸਟ ਹੈ ਕਿ ਇਸ ਤੋਂ ਪਹਿਲਾਂ ਸਾਡੀਆਂ 13 ਕਲਾਸਿਸ ਆਲਰੇਡੀ ਅਪਲੋਡਡ ਨੇ ਜਿੰਦੇ ਵਿੱਚ ਅਸੀਂ ਬੇਸਿਕ ਤੋਂ ਹਾਈ ਲੈਵਲ ਦੇ ਕੋਵਿਡ 19 ਦੇ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕੁਐਸ਼ਨ ਬੰਦੇ ਨੇ ਉਹ ਅਸੀਂ ਡਿਸਕਸ ਕੀਤੇ ਨੇ ਦੋਸਤੋ ਜੇਕਰ ਗੱਲ ਕਰੀਏ ਇਹਨਾਂ ਕੁਐਸ਼ਨਸ ਦੀ ਤਾਂ ਇਹ ਸਪੈਸ਼ਲੀ ਵਾਰਡ اٹੈਂਡੈਂਟ ਦੇ ਐਗਜ਼ਾਮ ਲਈ ਵੈਰੀ ਇੰਪੋਰਟੈਂਟ ਨੇ ਉਸ ਤੋਂ ਇਲਾਵਾ ਵੀ ਅਗਰ ਕੋਈ ਵੀ ਅਪਕਮਿੰਗ ਐਗਜ਼ਾਮ ਹੈ ਤੇ ਉਹਨਦੇ ਲਈ ਇਹ ਕੋਵਿਡ 19 ਦੋਸਤੋ ਪੈਂਡੇਮਿਕ ਜਿਹੜਾ ਹੈ ਉਹ ਕਾਫੀ ਇੰਪੋਰਟੈਂਟ ਟੋਪਿਕ ਬੰਦਾ ਹੈ ਠੀਕ ਹੈ ਕੋਈ ਵੀ ਐਜਾ ਆਨ ਵਾਲਾ ਐਗਜ਼ਾਮ ਨਹੀਂ ਹੈ ਜਿੰਦੇ ਵਿੱਚ ਤੁਹਾਨੂੰ ਕੋਵਿਡ 19 ਦੇ ਰਿਲੇਟਿਡ ਕੁਸ਼ਚਨ ਨਾ ਮਿਲੇ ਠੀਕ ਹੈ ਇਸ ਲਈ ਦੋਸਤੋ ਮੇਰੀ ਰਿਕਵੈਸਟ ਹੈ ਕਿ ਮੈਂ ਬਹੁਤ ਹੀ ਚੰਗੀ ਤਰ੍ਹਾਂ ਛਾਂਡ ਕੇ ਇਹ ਕੁਸ਼ਚਨ ਲੈ ਕੇ ਆਂਦੇ ਨੇ ਤੇ ਕਾਫੀ ਇੰਪੋਰਟੈਂਟ ਹੈ ਠੀਕ ਹੈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਅਟੈਂਪਟ ਕਰਨ ਦੀ ਕੋਸ਼ਿਸ਼ ਕਰਿਓ ਠੀਕ ਹੈ ਤਾਂ ਕਿ ਦੋਸਤੋ ਤੁਹਾਡੀ ਜਿਹੜੀ ਰਿਵੀਜ਼ਨ ਹੈ ਉਹ ਨਾਲ-ਨਾਲ ਚੰਗੀ ਤਰ੍ਹਾਂ ਹੁੰਦੀ ਰਹੇ ਠੀਕ ਹੈ ਤਾਂ ਅੱਜ ਨੰਬਰ ਆਪਾਂ ਕਲਾਸ ਨੰਬਰ 14ਵੀਂ ਆਪਾਂ ਸਟਾਰਟ ਕਰਦੇ ਆਂ ਤਾਂ ਅੱਜ ਦੀ ਜਿਹੜਾ ਆਪਣਾ ਪਹਿਲਾ ਕੁਐਸਚਨ ਹੈ ਉਹ ਦੇਖਦੇ ਆਂ ਸਾਰਿਆਂ ਨੇ ਜਵਾਬ ਦੇਣੇ ਹੈ ਜਰੂਰ ਠੀਕ ਹੈ ਕੋਵਿਡ 19 ਦੇ ਵਿਰੁੱਧ ਲੜਾਈ ਵਿੱਚ ਕਿਹੜਾ ਸੰਗਠਨ ਡੇਲੀ ਪੁਲਿਸ ਮੁਲਾਜ਼ਮਾਂ ਨੂੰ ਸੜਕਾਂ ਤੇ ਹਰ ਰੋਜ਼ ਪਾਣੀ ਦੀਆਂ ਬੋਤਲਾਂ ਦਾ ਸੰਚਾਰ ਕਰ ਰਿਹਾ ਹੈ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਣੀ ਪੁਲਿਸ ਜਿਹੜੀ ਹੈ ਉਹ ਦਿਨ ਰਾਤ ਦੋਸਤੋ ਕੋਵਿਡ 19 ਨੂੰ ਲੈ ਕੇ ਪ੍ਰੇਸ਼ਾਨ ਤੁਸੀਂ ਕਹਿ ਸਕਦੇ ਹੋ ਤੇ ਆਪਦੀ ਜਿਹੜੀ ਡਿਊਟੀ ਹੈ ਉਹ ਬਹੁਤ ਹੀ ਚੰਗੀ ਤਰ੍ਹਾਂ ਨਿਭਾ ਰਹੀ ਹੈ ਠੀਕ ਹੈ ਇਹ ਆਪਣੇ ਰੀਅਲ ਹੀਰੋਜ਼ ਨੇ ਜਿਨ੍ਹਾਂ ਨੇ ਇਸ ਹਾਲੇ ਤੱਕ ਆਪਣੀ ਜਿਹੜੀ ਸਿਚੁਏਸ਼ਨ ਨੂੰ ਉਹ ਕਾਫੀ ਦੋਸਤੋ ਸੰਭਾਲ ਰੱਖਿਆ ਹੈ ਠੀਕ ਹੈ ਇਹਨਾਂ ਦਾ ਬਹੁਤ ਹੀ ਜ਼ਿਆਦਾ ਆਪਣੀ ਹੈਲਪ ਹੈ ਠੀਕ ਹੈ ਆਪਾਂ ਨੂੰ ਦੋਸਤੋ ਇਹਨਾਂ ਵਿੱਚ ਤੁਸੀਂ ਦੱਸਣਾ ਹੈ ਕਿ ਇਹਨਾਂ ਨੇ ਕਿਹੜੀ ਸੰਗਠਨ ਹੈ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਕਿ ਮੁਫਤ ਪਾਣੀ ਦੀ ਸੇਵਾ ਕੀਤੀ ਹੈ ਠੀਕ ਹੈ ਤੁਸੀਂ ਸਨੈਪ ਚ ਦੇਖ ਪਾ ਰਹੇ ਹੋ ਇੰਡੀਅਨ ਆਰਮੀ ਇੰਡੀਅਨ ਟ੍ਰਾਈਬਸ ਇੰਡੀਅਨ ਰੇਲਵੇਜ਼ ਐਂਡ ਇੰਡੀਅਨ ਪੁਲਿਸ ਦੋਸਤੋ ਇੱਕ ਵਾਰੀ ਮੈਂ ਇੰਗਲਿਸ਼ ਵਿੱਚ ਇੱਕ ਵਾਰੀ ਐਸ ਕੁਐਸਚਨ ਨੂੰ ਰਿਪੀਟ ਕਰ ਦਿੰਦਾ ਵਿਚ ਆਰਗੇਨਾਈਜੇਸ਼ਨ ਇਸ ਪ੍ਰੋਵਾਈਡਿੰਗ ਵਾਟਰ ਬੋਟਲਸ ਪਰ ਡੇ ਟੂ ਦਿੱਲੀ ਪੁਲਿਸ ਪਰਸਨਲ ਆਊਟ ਔਨ ਸਟਰੀਟ ਇਨ ਦਾ ਫਾਈਟ ਅਗੇਂਸਟ ਕੋਵਿਡ 19 ਠੀਕ ਹੈ ਦੋਸਤੋ ਅਗਰ ਆਪਾਂ ਗੱਲ ਕਰੀਏ ਤਾਂ ਤੁਸੀਂ ਇੰਦਾ ਆਨਸਰ ਇੰਡੀਅਨ ਆਰਮੀ ਵੀ ਲਗਾ ਸਕਦੇ ਹੋ ਬਟ ਇੰਦਾ ਜਿਹੜਾ ਤੁਹਾਡਾ ਕਰੈਕਟ ਆਨਸਰ ਹੈ ਫਰੈਂਡਸ ਉਹ ਆਏਗਾ ਇੰਡੀਅਨ ਰੇਲਵੇ ਠੀਕ ਹੈ অপਸ਼ਨ ਨੰਬਰ 3 ਤੁਹਾਡਾ கரੈਕਟ ਅਨਸਰ ਆਏਗਾ ਇੰਡੀਅਨ ਰੇਲਵੇ ਨੇ ਦੋਸਤੋ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਨੂੰ ਹਰ ਰੋਜ਼ ਦੋਸਤੋ ਪਾਣੀ ਦੀ ਸੇਵਾ ਕੀਤੀ ਹੈ ਬਹੁਤ ਹੀ ਵਧੀਆ ਸੇਵਾ ਕੀਤੀ ਹੈ ਠੀਕ ਹੈ ਯਾਦ ਰੱਖਿਓ ਇੰਡੀਅਨ ਰੇਲਵੇ ਦਾ ਇਹ ਦੋਸਤੋ ਇੱਕ ਮੁਹਿੰਮ ਸੀ ਕੋਵਿਡ 19 ਦੇ ਟਾਈਮ ਠੀਕ ਹੈ ਦੋਸਤੋ ਅਗਲੇ ਕੁਐਸਚਨ ਦੀ ਗੱਲ ਕਰਦੇ ਹਾਂ ਤਾਂ ਕੋਵਿਡ 19 ਦੇ ਕਾਰਨ ਖੁਰਾਕ ਸੰਕਟ ਨੂੰ ਖਤਮ ਕਰਨ ਲਈ ਜੀਓ ਟੈਗਿੰਗ ਆਰੰਭ ਕਰਨ ਲਈ Google ਨਾਲ ਸਮਝੌਤਾ ਕਰਨ ਵਾਲੇ ਪਹਿਲੇ ਰਾਜ ਵਿੱਚ ਕਿਹੜਾ ਰਾਜ ਬਣ ਗਿਆ ਹੈ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਰੋਨਾ ਕਰਕੇ ਬਹੁਤੀ ਲੋਕ ਜਿਹੜੇ ਐ ਉਹ ਬੇਰੋਜ਼ਗਾਰ ਹੋ ਗਏ ਐ ਤੇ ਮਤਲਬ ਕਿ ਬਿਲਕੁਲ ਜਿਵੇਂ ਜਿਹੜੇ ਬਿਲਕੁਲ ਹੀ ਪਲੇਟਫਾਰਮ ਤੇ ਰਹਿੰਦੇ ਨੇ ਬਿਖਾਰੀ ਵਗੈਰਾ ਨੇ ਉਹ ਸਭ ਭੁੱਖੇ ਮਰ ਰਹੇ ਨੇ ਕਿਉਂਕਿ ਉਹਨਾਂ ਕੋਲ ਕੋਈ ਵੀ ਸੋਰਸ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਜਿੱਥੋਂ ਉਹਨਾਂ ਨੂੰ ਖਾਣਾ ਮਿਲ ਸਕੇ ਠੀਕ ਹੈ ਤਾਂ ਇਹਨਾਂ ਪਿੰਨਾ ਵਿੱਚੋਂ ਕਿਹੜੇ ਸਟੇਟ ਨੇ ਐਸੀ ਇੱਕ ਮੁਹਿੰਮ ਸਟਾਰਟ ਕੀਤੀ ਹੈ Google ਨਾਲ ਮਿਲ ਕੇ ਜਿਸ ਕਰਕੇ ਦੋਸਤੋ ਇਸ ਜਿਹੜੇ ਖੁਰਾਕ ਸੰਕਟ ਨੂੰ ਖਤਮ ਕਰਨ ਲਈ ਉਹਨਾਂ ਨੇ ਜਿੰਮਾ ਚੱਕਿਆ ਹੈ ਠੀਕ ਹੈ ਦੋਸਤੋ ਇਹ ਜਿਹੜੀ ਹੈ ਇਹ ਆਪਣੀ ਉੱਤਰ ਪ੍ਰਦੇਸ਼ ਸਰਦਾਰ ਨੇ ਦੋਸਤੋ ਉੱਤਰ ਪ੍ਰਦੇਸ਼ ਜਿਹੜੀ ਸਰਕਾਰ ਹੈ ਉਹਨਾਂ ਨੇ ਦੋਸਤੋ ਇਹ ਜਿਹੜੀ ਹੈ ਆਪਣੀ ਜੀਓ ਟੈਗਿੰਗ ਆਰੰਭ ਕੀਤੀ ਹੈ ਠੀਕ ਹੈ Google ਨਾਲ ਸਮਝੋਤਾ ਕੀਤਾ ਹੈ ਇਹ ਵੀ ਯਾਦ ਰੱਖਿਓ ਠੀਕ ਹੈ ਇਹ ਤੁਸੀਂ ਸਨੈਪਸ ਦੇਖ پا ਰਹੇ ਹੋ ਉਹ ਖਾਣਾ ਪ੍ਰੋਵਾਈਡ ਕਰ ਰਹੇ ਨੇ ਠੀਕ ਹੈ ਯਾਦ ਰੱਖਿਓ ਉੱਤਰ ਪ੍ਰਦੇਸ਼ ਨੇ ਜਿਹੜੀ ਹੈ और खुराक संकट को ख़त्म करने जियो टैगिंग आरंभ करने गूगल नाल समझौता किया है ठीक है विच स्टेट हैज़ बिकम फस्ट टू साइन ए एम ओ यू विद गूगल टू लॉन्च जियो टैगिंग टू अबेट द फूड क्राइसिस वाइल कोविड उन्नी ठीक है तो इनका आंसर आएगा उत्तर प्रदेश सैकेंड क्वेश्चन का आंसर आएगा ऑप्शन नंबर थर्ड यूपी थर्ड क्वेश्चन देखते हैं अपना ਕਿਸ ਰਾਜ ਸਰਕਾਰ ਨੇ ਮੈਡੀਕਲ ਸਹਾਇਤਾ ਦੇਣ ਲਈ ਮੋਬਾਈਲ ਐਪ ਆਯੂ ਅਤੇ ਸਿਹਤ ਸਾਥੀ ਲਾਂਚ ਕੀਤੀ ਹੈ which state government has launched mobile app ayu and sehat sathi to give medical assistant ਦੋਸਤੋ ਤੁਸੀਂ ਸਨੈਪ ਚ ਦੇਖ پا ਰਹੇ ਹੋ ਜਿਵੇਂ ਕਿ ਕੀ ਜਿਹੜੀ ਐਪ ਹੈ ਇਹ ਮੈਡੀਕਲ ਕੰਡੀਸ਼ਨ ਦੇ ਨਾਲ ਸੰਬੰਧਿਤ ਹੈ ਠੀਕ ਹੈ ਤੁਸੀਂ ਦੱਸਣਾ ਹੈ ਕਿ ਇਹ ਜਿਹੜੀ ਐਪ ਹੈ ਉਹ ਕਿਹੜੀ ਸਟੇਟ ਨੇ ਲਾਂਚ ਕੀਤੀ ਹੈ Rajasthan Punjab UP ਜਾਂ ਫਿਰ Madhya Pradesh ਤਾਂ ਦੋਸਤੋ ਇਹ ਜਿਹੜੀ ਐਪ ਹੈ ਉਹ ਆਪਣੀ Rajasthan ਸਰਕਾਰ ਨੇ ਸਟਾਰਟ ਕੀਤੀ ਹੈ ਇਸ ਐਪ ਦੇ ਸਾਰੇ ਦੋਸਤੋ ਹੋਏਗਾ ਕਿ ਤੁਸੀਂ ਦੇਖ ਪਾ ਰਹੇ ਹੋ ਆਪਣੇ ਨਜ਼ਦੀਕੀ ਸਿਹਤ ਸਾਥੀ ਖੋਜੇ ਔਰ ਘਰ ਬੈਠੇ ਦਵਾਈਆਂ ਮੰਗਵਾਏ ਤੁਸੀਂ ਦੋਸਤੋ ਆਪਦੇ ਘਰ ਬੈਠੇ ਬਿਨਾ ਕਿਤੇ ਬਾਹਰ ਜਾਏ ਆਪਣੀਆਂ ਮੈਡੀਸਿਨਸ ਆਪਣੇ ਘਰ ਮੰਗਵਾ ਸਕਦੇ ਹੋ ਠੀਕ ਹੈ ਇਸ ਐਪ ਦੇ ਰਾਹੀਂ आयु अते सेहत साथी किने लॉन्च ਕੀਤੀ ਹੈ राजस्थान ਸਰਕਾਰ ਨੇ राजस्थान ਸਰਕਾਰ ਵਿੱਚ ਦੋਸਤੋ ਇਸ ਟਾਈਮ ਕਿੰਦੀ ਸਰਕਾਰ ਹੈ ਤਾਂ ਆਪਣਾ ਅਨਸਰ ਆਏਗਾ अशोक गहलोत ਜੀ ਦੀ ਸਰਕਾਰ ਹੈ राजस्थान ਵਿੱਚ ਠੀਕ ਹੈ ਦੋਸਤੋ ਅਗੇ ਆਪਾਂ ਚੌਥਾ ਕੁਐਸਚਨ ਦੇਖਦੇ ਹਾਂ ਕਿਹੜਾ ਰਾਜ ਹੈ ਆਪਣੇ ਆਪ ਨੂੰ ਕੋਰੋਨਾ ਵਾਇਰਸ ਮੁਕਤ ਘੋਸ਼ਿਤ ਕਰਨ ਵਾਲਾ ਪਹਿਲਾ ਰਾਜ ਹੈ ਬਣ ਗਿਆ ਹੈ ਦੋਸਤੋ ਇਹਨਾਂ ਵਿੱਚੋਂ ਇਹੋ ਜਿਹਾ ਕਿਹੜਾ ਰਾਜ ਹੈ ਕਿਹੜਾ ਸਟੇਟ ਹੈ ਜਿਨੇ ਆਪਣੇ ਆਪ ਨੂੰ ਪਹਿਲੇ ਵਾਰੀ ਕਰੋਨਾ ਵਾਇਰਸ ਮੁਕਤ ਘੋਸ਼ਿਤ ਕੀਤਾ ਹੈ ਠੀਕ ਹੈ which state has become first to declare itself as corona virus free ਦੋਸਤੋ ਇਹਦੇ ਵਿੱਚ ਤੁਸੀਂ ਅੰਦਾਜ਼ਾ ਵੀ ਲਗਾ ਸਕਦੇ ਹੋ ਇੱਕ ਸਭ ਤੋਂ ਛੋਟਾ ਆਪਣਾ ਸਟੇਟ ਗੋਆ ਜਿਹੜਾ ਹੈ ਏਰੀਆ ਦੇ ਅਕੋਰਡਿੰਗ ਅਕੋਵਾ ਨੇ ਦੋਸਤੋ ਇਹ ਜਿਹੜਾ ਹੈ ਅਨਾਉਂਸ ਕੀਤਾ ਹੈ ਕਿ ਉਹ ਬਿਲਕੁਲ ਕਰੋਨਾ ਵਾਇਰਸ ਮੁਕਤ ਹੈ ਠੀਕ ਹੈ ਯਾਦ ਰੱਖਿਓ ਕਰੋਨਾ ਵਾਇਰਸ ਮੁਕਤ ਘੋਸ਼ਿਤ ਜਿਹੜਾ ਹੈ ਸਟੇਟ ਉਹ ਗੋਆ ਹੈ ਠੀਕ ਹੈ ਪੰਜਵਾਂ ਕੁਐਸਚਨ ਦੇਖਦੇ ਹਾਂੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੜੇ ਸ਼ਹਿਰ ਵਿੱਚ ਇੱਕ ਮੋਬਾਈਲ ਵਾਇਰੋਲੋਜੀ ਰਿਸਰਚ ਅਤੇ ਡਾਇਗਨੋਸਟਿਕ ਲੈਬ ਦੀ ਸ਼ੁਰੂਆਤ ਕੀਤੀ ਹੈ ਦੋਸਤੋ ਤੁਸੀਂ ਦੱਸਣਾ ਹੈ ਕਿ ਮਗਾਲੇ ਹైదరాబాద్ ਰਾਜਸਥਾਨ ਜਾਂ ਫਿਰ ਗੋਆ ਵਿੱਚੋਂ ਕਿਹੜੀ ਐਜੇ ਸਟੇਟ ਹੈ ਜਿੱਥੇ ਆਪਣੇ ਡਿਫੈਂਸ ਮੰ minister ਰਾਜਨਾਥ ਸਿੰਘ ਜੀ ਨੇ ਮੋਬਾਈਲ ਵਾਇਰੋਲੋਜੀ ਰਿਸਰਚ ਐਂਡ ਡਾਇਗਨੋਸਟਿਕ ਲੈਬ ਦੀ ਸ਼ੁਰੂਆਤ ਕੀਤੀ ਹੈ ਮੈਂ ਤੁਸੀਂ ਜਾਣਦੇ ਹੋ ਜਿਹੜੀ ਵਾਇਰੋਲੋਜੀ ਹੈ ਦੋਸਤੋ ਉਹ ਵਾਇਰਸ ਦੀ ਸਟੱਡੀ ਨੂੰ Uh, किया जाता है वायरोलॉजी ठीक है मतलब कि इस होएगा करोना वायरस की स्टडी होएगी ठीक है डायगनोसड किया जाएगा करोना वायरस ठीक है तो दोस्तों जोड़ा आंसर आएगा फ्रेंड्स वो आएगा ऑप्शन नंबर सैकंड हैदराबाद ठीक है? हैदराबाद ने दोस्तों लैब की शुरुआत की है जिसका उद्घाटन कौन है आ, अपने राजनाथ मंत्री जी ने किया है जो कि अपने डिफेंस मिनिस्टर है ठीक है ਕਵੈਸਚਨ ਕਿਸੇ ਵੀ ਤਰ੍ਹਾਂ ਦੇ ਆ ਸਕਦਾ ਹੈ ਠੀਕ ਹੈ ਕਿ ਇਹ ਜਿਹੜੀ ਲੈਬ ਹੈ ਇਹ ਕਿੰਨੇ ਸਟਾਰਟ ਕੀਤੀ ਹੈ ਠੀਕ ਹੈ ਉੱਥੇ ਤੁਹਾਡਾ ਆਨਸਰ ਆਏਗਾ ਰਾਜਨਾਥ ਸਿੰਘ ਜੀ ਨੇ ਕਿੱਥੇ ਹੈ ਇਹ ਲੈਬ ਹੈਦਰਾਬਾਦ ਵਿੱਚ ਠੀਕ ਹੈ ਛੇਵਾਂ ਕਵੈਸਚਨ ਹੈ ਕਿਸ ਰਾਜ ਸਰਕਾਰ ਨੇ ਕੋਵਿਡ 19 ਸਥਿਤੀ ਕਾਰਨ ਸਹਾਇਤਾ ਲਈ ਅਪਥਾ ਮਿਤਰਾ ਹੈਲਪਲਾਈਨ ਸ਼ੁਰੂ ਕੀਤੀ ਹੈ ਦੋਸਤੋ ਇਹ ਕਿਸੇ ਹੋਰ ਲੈਂਗੁਏਜ ਵਿੱਚ ਦੇ ਰੱਖਿਆ ਹੈ ਠੀਕ ਹੈ ਇਸ ਲਈ ਤੁਹਾਨੂੰ ਸਮਝ ਨਹੀਂ ਆ ਰਿਹਾ ਹੋਵੇਗਾ ਉਹਨੂੰ ਮੈਂ ਕਵੈਸਚਨ ਦੇ ਲਾਸਟ ਵਿੱਚ ਥੋੜਾ ਜਿਆਦਾ ਡਿਫਾਈਨ ਕਰਾਂਗਾ ਕਿ ਇਹ ਐਸਾ ਕਿਉਂ ਹੈ ਤੁਸੀਂ ਸਨੇਪ ਉੱਤੇ ਦੇਖ ਪਾ ਰਹੇ ਹੋ ਦੋਸਤੋ ਐਸ ਐਪ ਦੇ ਸਹਾਰੇ ਆਪਾਂ ਆਪਦੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕਦੇ ਹਾਂ ਠੀਕ ਹੈ ਦੋਸਤੋ ਇਹ ਕੋਵਿਡ 19 ਨੂੰ ਦੇਖਦੇ ਹੋਏ ਇਹ ਐਪ ਲਾਂਚ ਕੀਤੀ ਗਈ ਹੈ ਇੱਥੇ ਕੀ ਹੈ ਦੋਸਤੋ ਇੱਕ ਹੈਲਪ ਲਾਈਨ ਹੈ ਠੀਕ ਹੈ ਇੱਥੇ ਤੁਸੀਂ ਆਪਦੀ ਸਾਰੀ ਇਨਫੋਰਮੇਸ਼ਨ ਜੇਕਰ ਐਸ ਐਪ ਤੇ ਤੁਸੀਂ ਦੋਸਤੋ ਫਿਲ ਕਰੋਗੇ ਤਾਂ ਤੁਹਾਡੇ ਤੁਰੰਤ ਤੁਹਾਡੇ ਕੋਲ ਜਿਹੜੀ ਹੈ ਉਹ ਸਹਾਇਤਾ ਪਹੁੰਚਾ ਦਿੱਤੀ ਜਾਊਗੀ ਠੀਕ ਹੈ ਜਿਵੇਂ ਆਪਾਂ ਨੂੰ ਕਾਫੀ ਸਾਰੀ ਦਸਟ੍ਰਿਕਸ਼ਨਸ ਇਨ a ਕੋਵਿਡ 19 ਕਰਕੇ ਕਿ ਆਪਾਂ ਕਿਤੇ ਬਾਹਰ ਨਹੀਂ ਜਾ ਸਕਦੇ ਜਾਂ ਕੁਝ ਖਾਣ ਪੀਣ ਦਾ ਸਮਾਨ ਨਹੀਂ ਲੈ ਕੇ ਆ ਸਕਦੇ ਜੇ ਕਹੇ ਕਿਸੇ ਨੂੰ ਮੈਡੀਕਲ ਸਿਚੁਏਸ਼ਨ ਹੈ ਕਿਸੇ ਵੀ ਤਰ੍ਹਾਂ ਦੀ ਦੋਸਤੋ ਤਾਂ ਕਿਹੜੀ ਸਰਕਾਰ ਨੇ ਅਫਤਾ ਮਿੱਤਰਾ ਨਾਮ ਦੀ ਐਪ ਲਾਂਚ ਕੀਤੀ ਹੈ ਹੈਲਪਲਾਈਨ ਸ਼ੁਰੂ ਕੀਤੀ ਹੈ ਇੱਕ ਮਗਾਲਿਆ ਹైదరాబాద్ ਕਰਨਾਟਕਾ ਗੋਆ ਜਿੰਨੇ ਵੀ ਲਾਈਵ ਦੇਖ ਰਹੇ ਨੇ ਉਹ ਸਾਰੇ ਜਣੇ ਪੁਲਿਸ ਇਹਨਾਂ ਕੁਐਸਚਨਸ ਦਾ ਜਵਾਬ ਦਿਓ ਤੁਸੀਂ ਦੇਖ ਪਾ ਰਹੇ ਹੋ ਇੱਥੇ ਕੰਟੈਕਟ ਨੰਬਰ ਨੇਮ ਜੈਂਡਰ ਏਜ ਲੋਕੇਸ਼ਨ ਪਿੰਨ ਕੋਡ ਲੋਕੈਲਿਟੀ ਨਾਮ ਦੀ ਸਾਰੇ ਜਿੰਨੇ ਵੀ ਪੁਆਇੰਟ ਹੈ ਉਹ ਸਾਰੇ ਆਪਾਂ ਫੀਲ ਕਰਕੇ ਆਪਾਂ ਹੈਲਪ ਲਾਈਨ ਜਿਹੜੀ ਹੈ ਹੈਲਪ ਆਪਾਂ ਆਪਦੇ ਘਰੇ ਮੰਗਾ ਸਕਦੇ ਹਾਂ ਠੀਕ ਹੈ ਦੋਸਤੋ ਇਹ ਹੈ ਇਹਦਾ ਆਨਸਰ ਜਿਹੜਾ ਹੈ ਉਹ ਆਇਆ ਤੁਹਾਡਾ ਆਪਸ਼ਨ ਨੰਬਰ 3 ਕਰਨਾਟਕਾ ਸਰਕਾਰ ਨੇ ਦੋਸਤੋ ਅਪਥਾ ਮਿਤਰਾ ਨਾਮ ਦੀ ਹੈਲਪ ਲਾਈਨ ਸ਼ੁਰੂ ਕੀਤੀ ਹੈ ਤੁਸੀਂ ਜਾਣਦੇ ਹੋ ਕਿ ਇਹ ਕਰਨਾਟਕਾ ਦੀ ਹੀ ਲੈਂਗੁਏਜ ਹੈ ਜਿਸ ਵਿੱਚ ਆਪਾਂ ਨੂੰ ਥੋੜਾ ਜਿਹਾ ਸਮਝ ਨਹੀਂ ਆ ਰਿਹਾ ਕਿ ਠੀਕ ਹੈ ਅਪਥਾ ਮਿਤਰਾ ਦੋਸਤੋ ਤੁਸੀਂ ਇਹਨਾਂ ਯਾਦ ਰੱਖ ਲਿਓ ਕਿ ਇਹ ਮਿੱਤਰ ਹੈ ਠੀਕ ਹੈ ਇੱਥੋਂ ਮਿੱਤਰ ਯਾਦ ਰੱਖ ਲਿਓ 1 ਮਿੰਟ ਮੈਂ ਤੁਹਾਨੂੰ ਥੋੜਾ ਜਿਹਾ ਸਾਫ਼ ਕਰ ਦੇਣਾ ਇੱਥੇ ਤੁਹਾਡੇ ਅਪਥਾ ਮਿੱਤਰ ਵਿੱਚ ਦੋਸਤੋਂ ਤੁਸੀਂ ਦੇਖ ਪਾ ਰਹੇ ਹੋ ਅਪ ਮਤਲਬ ਹੁੰਦਾ ਹੈ ਐਪ ਠੀਕ ਹੈ ਤੁਸੀਂ ਇਸ ਤਰ੍ਹਾਂ ਯਾਦ ਰੱਖ ਲਿਓ ਤੇ ਮਿੱਤਰ ਮਤਲਬ ਐਪ ਠੀਕ ਹੈ ਐਪ ਤੇ ਮਿੱਤਰ ਠੀਕ ਹੈ ਇਹ ਦੋ ਵਰਡ ਯਾਦ ਰੱਖ ਲਿਓ ਕਿ ਇਹ ਇੱਕ ਆਪਣੀ ਜਿਹੜੀ ਐਪ ਹੈ ਇਹ ਆਪਣੇ ਇੱਕ ਮਿੱਤਰ ਵਾਂਗੂ ਹੈ ਜੋ ਆਪਣੀ ਸਹਾਇਤਾ ਕਰੇਗੀ ਠੀਕ ਹੈ ਅਪਥਾ ਮਿੱਤਰ ਕਿੰਨੇ ਸਟਾਰਟ ਕੀਤੀ ਹੈ ਕਰਨਾਟਕਾ ਸਰਕਾਰ ਨੇ ਕੋਈ ਡਾਊਟ ਹੋਏ ਤਾਂ ਮੈਨੂੰ ਕਮੈਂਟ ਕਰੋ ਠੀਕ ਹੈ ਹੁਣ ਤੁਸੀਂ ਸਤਵਾਂ ਕੁਐਸਚਨ ਦਾ ਜਵਾਬ ਦਿਵੋ ਕਿਸ ਰਾਜ ਸਰਕਾਰ ਨੇ ਐਮ ਕੋਵਿਡ ਮੋਬਾਈਲ ਐਪ ਲਾਂਚ ਕੀਤੀ ਹੈ ਦੋਸਤੋ ਤੁਸੀਂ ਦੇਖ ਪਾ ਰਹੇ ਹੋ ਕਿ ਐਪ ਹੋ ਗਿਆ ਠੀਕ ਹੈ ਜਾਂ ਫਿਰ ਕੈਂਪੇਨ ਹੋ ਗਏ ਠੀਕ ਹੈ ਅਭਿਆਨ ਹੋ ਗਏ ਇਸ ਤਰ੍ਹਾਂ ਦੇ ਦੋਸਤੋ ਬਹੁਤ ਸਾਰੇ ਲਾਂਚ ਕੀਤੇ ਗਏ ਨੇ ਤੁਸੀਂ ਹੁਣ ਮੈਨੂੰ ਕਮੈਂਟ ਕਰਕੇ ਯੈਸ ਜਾਂ ਫਿਰ ਨੋ ਕਰਕੇ ਦੱਸੋ ਕਿ ਆਪਾਂ ਇੱਕ ਸੈਪਰੇਟ ਵੀਡੀਓ ਬਣਾਈਏ ਇਹਨੇ ਤੇ ਕੀ ਮਤਲਬ ਕਿਹੜੀ ਸਰਕਾਰ ਨੇ ਕਿਸ ਤਰ੍ਹਾਂ ਦੀ ਐਪ ਲਾਂਚ ਕੀਤੀ ਹੈ ਜਿਵੇਂ ਇੱਕ ਵੀਡੀਓ ਆਪਾਂ ਬਣਾਵਾਂਗੇ ਕਿ ਕੋਵਿਡ-19 ਨੂੰ ਦੇਖਦੇ ਹੋਏ ਜਿੰਨੀਆਂ ਵੀ ਐਪ ਲਾਂਚ ਹੋਈਆਂ ਐ ਠੀਕ ਹੈ ਆਪਾਂ ਉਸ ਤੇ ਵੀਡੀਓ ਬਣਾਵਾਂਗੇ ਫਿਰ ਕੋਈ ਕੈਂਪੇਨ ਸਟਾਰਟ ਹੋਇਆ ਹੈ ਫਿਰ ਆਪਾਂ ਉਸ ਤੇ ਵੀਡੀਓ ਬਣਾਵਾਂਗੇ ਠੀਕ ਹੈ ਕੋਵਿਡ-19 ਦੇ ਸਬੰਧ ਵਿੱਚ ਤੁਸੀਂ ਮੈਨੂੰ ਜ਼ਰੂਰ ਕਮੈਂਡ ਕਰਕੇ ਦੱਸਿਓ ਕਿ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਚਾਹੀਦੀ ਹੈ ਕਿ ਨਹੀਂ ਚਾਹੀਦੀ ਠੀਕ ਹੈ ਤੁਸੀਂ ਦੇਖ ਪਾ ਰਹੇ ਹੋ ਹੁਣ ਤੁਸੀਂ ਇਹਦੇ ਵਿੱਚ ਦੱਸਣਾ ਹੈ ਕਿ ਐਮ ਕੋਵਿਡ ਮੋਬਾਈਲ ਐਪ ਜਿਹੜੀ ਹੈ ਉਹ ਕਿੰਨੇ ਲਾਂਚ ਕੀਤੀ ਹੈ ਮਿਜ਼ੋਰਮ ਹਾਈਦਰਾਬਾਦ ਕਰਨਾਟਕਾ ਗੋਆ ਦੋਸਤੋ ਐਮ ਕੋਵਿਡ ਮੋਬਾਈਲ ਐਪ ਹੈ ਨਾ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਇਹਦੇ ਵਿੱਚ ਐਮ ਆ ਰਿਹਾ ਹੈ ਠੀਕ ਹੈ ਤੇ ਯਾਦ ਰੱਖਿਓ ਮਿਜ਼ੋਰਮ ਤੁਹਾਡਾ ਅਨਸਰ ਆਏਗਾ ਜਿੰਦੇ ਵਿੱਚ ਵੀ ਐਮ ਆ ਰਿਹਾ ਹੈ ਠੀਕ ਹੈ ਇਹ ਯਾਦ ਰੱਖਣ ਦੀ ਥੋੜੀ ਜਿਹੀ ਇੱਕ ਟ੍ਰਿਕ ਹੈ ਤੁਸੀਂ ਯਾਦ ਰੱਖਿਓ ਮਿਜ਼ੋਰਮ ਨੇ ਦੋਸਤੋ ਐਮ ਕੋਵਿਡ ਮੋਬਾਈਲ ਐਪ ਲਾਂਚ ਕੀਤੀ ਹੈ ਤੁਸੀਂ ਦੇਖ ਪਾ ਰਹੇ ਹੋ ਠੀਕ ਹੈ ਐਪ ਦਾ ਫੋਟੋ ਦੇਖ ਲਵੋ ਜਿਸ ਕਰਕੇ ਆਪਾਂ ਕੀ ਹੈ ਕੋਵਿਡ 19 ਕਰਕੇ ਜਾਂਦੇ ਤੇ ਕੀ ਹੈ ਆਪਦੀ ਕੋਈ ਵੀ ਆਪਾਂ ਕੁਇਰੀ ਪਾ ਸਕਦੇ ਹਾਂ ਠੀਕ ਹੈ ਕਿਸੇ ਵੀ ਤਰ੍ਹਾਂ ਦੀ ਆਪਾਂ ਇਨਫੋਰਮੇਸ਼ਨ ਚਾਹਣੇ ਆ ਕੋਵਿਡ ਦੇ ਰਿਲੇਟਡ ਤਾਂ ਐਸ ਐਪ ਤੇ ਆਪਾਂ ਨੂੰ ਪ੍ਰੋਵਾਈਡ ਕੀਤੀ ਜਾਊਗੀ ਠੀਕ ਹੈ ਯਾਦ ਰੱਖਿਓ ਮਿਜ਼ੋਰਮ ਆਏਗਾ ਐਮ ਕੋਵਿਡ ਮੋਬਾਈਲ ਐਪ which state government launched m covid 19 mobile app ਠੀਕ ਹੈ 8ਵਾਂ ਕੁਐਸਚਨ ਦੇਖਦੇ ਹਾਂ ਕਿਹੜੀ ਆਈਟੀ ਕੰਪਨੀ ਨੇ ਵੱਡਾ ਐਲਾਨ ਕੀਤਾ ਹੈ ਕਿ ਉਸਦੇ 3. 5 ਲੱਖ ਕਰਮਚਾਰੀਆਂ ਵਿੱਚੋਂ 75% ਜਿਹੜੇ ਐ ਕਰਮਚਾਰੀ ਉਹ ਘਰ ਰਹਿ ਕੇ ਹੀ ਵਰਕ ਫਰੋਮ ਹੋਮ ਕਰਨਗੇ ਕੋਵਿਡ 19 ਨੂੰ ਦੇਖਦੇ ਹੋਏ ਠੀਕ ਹੈ ਆਪਾਂ ਦੇਖ ਪਾ ਰਹੇ ਆ ਨਾ ਕਿ ਅੱਜਕਲ ਸਾਰੇ ਜਣੇ ਵਰਕ ਫਰੋਮ ਹੋਮ ਕਰ ਰਹੇ ਆ ਕਿਉਂਕਿ ਸਕੂਲ ਕਾਲਜ ਜਿੰਨੇ ਵੀ ਇੰਸਟੀਚੂਟ ਐ ਉਹ ਸਾਰੇ ਬੰਦ ਐ ਆ ਦੋਸਤੋ ਤੁਸੀਂ ਦੱਸਣਾ ਇਹਨਾਂ ਵਿੱਚੋਂ ਕਿਹੜੀ ਕੰਪਨੀ ਨੇ ਇਹ ਅਲਾਉਂ ਕੀਤਾ ਹੈ ਕਿ ਉਹਨਾਂ ਦੀ ਟੋਟਲ ਜਿੰਨੇ ਵੀ ਕਦਰਮਚਾਰੀ ਹੈ ਉਹਨਾਂ ਚੋਂ 75% ਜਿਹੜੇ ਆ ਉਹ ਘਰ ਬੈਠ ਕੇ ਹੀ ਕੰਮ ਕਰਨਗੇ ਤੇ ਉਹਨਾਂ ਨੂੰ ਪੂਰੀ ਤਨਖਾਹ ਦਿੱਤੀ ਜਾਊਗੀ ਦੋਸਤੋ ਵਿੱਚ ਆਈਟੀ ਕੰਪਨੀ ਹੈਸ ਅਨਾਉਂਸਡ ਬਿਗ ਡੈਡ 75% ਆਫ ਇਟਸ 3.5 ਲੱਖ ਐਮਪਲੋਇਜ਼ ਵਿਲ ਵਰਕ ਫਰਮ ਹੋਮ ਈਵਨ ਪੋਸਟ ਕੋਰੋਨਾ ਵਾਇਰਸ ਪੈਂਡੈਮਿਕ ਠੀਕ ਹੈ ਤਾਂ ਦੋਸਤੋ ਇਹਦੇ ਵਿੱਚ ਜਿਹੜੀ ਹੈ ਉਹ ਤੁਹਾਡੀ TCS ਕੰਪਨੀ ਨੇ ਇਹ ਅਲਾਉਂ ਕੀਤਾ ਹੈ ਠੀਕ ਹੈ ਕੀ 75% ਜਿਹੜੇ ਐ ਕਰਮਚਾਰੀ ਉਹਨਾਂ ਦੇ ਟੋਟਲ ਕਰਮਚਾਰੀਆਂ ਦਾ ਉਹ ਘਰ ਬੈਠ ਕੇ ਹੀ ਕੰਮ ਕਰਨਗੇ ਠੀਕ ਹੈ ਦੋਸਤੋ ਅਗਰ TCS ਕੰਪਨੀ ਦੀ ਗੱਲ ਕਰੀਏ ਤਾਂ ਮੁੰਬਈ ਵਿੱਚ ਇਹਦਾ ਹੈੱਡਕੁਆਟਰ ਹੈ ਠੀਕ ਹੈ ਯਾਦ ਰੱਖਿਓ 1968 ਵਿੱਚ ਇਹ ਬਣੀ ਸੀ ਠੀਕ ਹੈ ਅਗਰ ਦੋਸਤੋ ਇਹਨਾਂ ਦੇ ਹੈੱਡ ਦੀ ਗੱਲ ਕਰੀਏ ਤਾਂ ਆਈ ਥਿੰਕ ਉਹਨਾਂ ਦਾ ਨਾਮ ਜਿਹੜਾ ਹੈ ਉਹ ਰਾਜੇਸ਼ ਤੋਂ ਨਾਮ ਸਟਾਰਟ ਹੁੰਦਾ ਹੈ ਠੀਕ ਹੈ ਮੈਨੂੰ ਕਨਫਰਮ ਨਹੀਂ ਹੈਗਾ ਕੁਛੀ ਮੰਨੋ ਕਮੈਂਟ ਕਰਕੇ ਦੱਸਿਓ ਕਿ TCS ਦਾ ਜਿਹੜਾ ਆਪਣੇ ਚੇਅਰਪਰਸਨ ਹੈ ਉਹ ਕੌਣ ਹੈ ਤੁਸੀਂ ਬਸ ਇਹ ਯਾਦ ਰੱਖ ਲਿਓ ਕਿ TCS ਕੰਪਨੀ ਦਾ ਹੈਡਕ quartਰ ਮੁੰਬਈ ਹੈ ਤੇ 1968 ਵਿੱਚ ਇਹ ਬਣਾਈ ਗਈ ਸੀ ਠੀਕ ਹੈ ਨੋਵਾਂ ਕੁਐਸਚਨ ਦੱਸੋ ਕੋਵਿਡ 19 ਮਹਾਮਾਰੀ ਦੇ ਕਾਰਨ ਕਿਸ ਰਾਜ ਨੇ ਤਨਵੰਤਰੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਠੀਕ ਹੈ ਦੋਸਤੋ ਫਿਰ ਇੱਕ ਵਾਰੀ ਇੱਕ ਯੋਜਨਾ ਪੁੱਛੀ ਗਈ ਹੈ ਠੀਕ ਹੈ ਇਸ ਤਰ੍ਹਾਂ ਦੇ ਕੁਐਸਚਨ ਨਹੀਂ ਤੁਹਾਨੂੰ ਆਣਗੇ ਇਹ ਥੋੜੇ ਜੇ ਹਾਈ ਲੈਵਲ ਦੇ ਕੁਐਸਚਨ ਹੈ ਠੀਕ ਹੈ ਤਨਵੰਤਰੀ ਦੋਸਤੋ ਜਿਹੜੀ ਐਪ ਹੈ ਨਾ ਇੰਦੇ ਇਹ ਮੈਂ ਤੁਹਾਨੂੰ ਦੱਸ ਦਿੰਨਾ ਇੱਕ ਵਾਰੀ ਇੰਗਲਿਸ਼ ਵਿੱਚ ਬੋਲ ਕੇ ਵਿਚ ਸਟੇਟ ਹੈਸ ਲੌਂਚਡ ਤਨਵੰਤਰੀ ਸਕੀਮ ਵਾਈਲ ਕੋਵਿਡ 19 ਪੈਂਡੈਮਿਕ ਦੋਸਤੋ ਪੰਜਾਬ ਅਸਾਮ ਐਮਪੀ ਮਹਾਰਾਸ਼ਟਰ ਦੱਸੋ ਤਨਵੰਤਰੀ ਯੋਜਨਾ ਜਿਹੜੀ ਹੈ ਦੋਸਤੋ ਉਹ ਤੁਹਾਡਾ ਆਪਸ਼ਨ ਨੰਬਰ ਸੈਕੰਡ ਅਸਾਮ ਨੇ ਲੌਂਚ ਕੀਤੀ ਹੈ ਠੀਕ ਹੈ ਦੋਸਤੋ ਤਨਵੰਤਰੀ ਜਿਹੜੀ ਸਕੀਮ ਹੈ ਦੋਸਤੋ ਇਹਦੇ ਇਹ ਬਿਲਕੁਲ ਸੇਮ ਹੈ ਜੋ ਕਿ ਆਪਾਂ ਪਹਿਲਾਂ ਡਿਸਕਸ ਕੀਤਾ ਸੀ ਕੀ ਆਪਣੇ ਆਪ ਪੜਿਆ ਸੁਣਾ ਕਿ ਰਾਜਸਥਾਨ ਸਰਕਾਰ ਨੇ ਆਯੂ ਐਂਡ ਸਿਹਤ ਸਾਥੀ ਨਾਮ ਦੀ ਐਪ ਲਾਂਚ ਕੀਤੀ ਹੈ ਜਿੰਦੇ ਕਰਕੇ ਕੀ ਹੈ ਕਾਰ ਬੈਠੇ ਦਵਾਈਆਂ ਮੰਗਾ ਸਕਦੇ ਆ ਠੀਕ ਹੈ ਦੋਸਤੋ ਸੇਮ ਧਨਵੰਤਰੀ ਐਪ ਦਾ ਵੀ ਇਹੀ ਕੰਮ ਹੈ ਆਪਾਂ ਕਾਰ ਬੈਠੇ ਮੈਡੀਸਨ ਮੰਗਾ ਸਕਦੇ ਆ ਅਸਾਮ ਗਵਰਨਮੈਂਟ ਨੇ ਦੋਸਤੋ ਇਹ ਜਿਹੜਾ ਇਹ ਕੰਮ ਸ਼ੁਰੂ ਕੀਤਾ ਹੈ ਠੀਕ ਹੈ ਇਹ ਯੋਜਨਾ ਸ਼ੁਰੂਆਤ ਕੀਤੀ ਹੈ ਦੋਸਤੋ ਥੋੜਾ ਜਿਹਾ ਇੱਕ ਪੁਆਇੰਟ ਮੈਂ ਡਿਸਕਸ ਕਰਨਾ ਚਾਹੁੰਦਾ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਨੋਟ ਕਰ ਲਿਓ ਕਾਪੀ ਪੈਨ ਲੈ ਕੇ ਇੰਦੇ ਵਿੱਚ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਠੀਕ ਹੈ ਕਿ ਇਹ ਇੱਕ ਜੇਕਰ ਮੰਨ ਲਓ ਆਪਾਂ ਸੇਮ ਸ਼ਹਿਰ ਤੋਂ ਆਪਾਂ ਦਵਾਈ ਮੰਗਾਣੀ ਹੈ ਜਿਵੇਂ ਆਪਾਂ ਇੱਕੋ ਸ਼ਹਿਰ ਵਿੱਚ ਰਹਿੰਦੇ ਆ ਤੇ ਇੱਕੋ ਸ਼ਹਿਰ ਤੋਂ ਹੀ ਆਪਾਂ ਆਰੇ ਦਵਾਈ ਆਪਣੇ ਘਰੇ ਮੰਗਾਣੀ ਹੈ ਤਾਂ ਦੋਸਤੋ ਤੁਹਾਡੇ ਘਰੇ 8 ਘੰਟੇ ਦੇ ਵਿੱਚ ਦਵਾਈ ਪਹੁੰਚੇਗੀ ਜੇਕਰ ਤੁਸੀਂ ਕਿਸੇ ਹੋਰ ਸ਼ਹਿਰ ਤੋਂ ਦਵਾਈ ਮੰਗਾਣੀ ਹੈ ਤਾਂ ਤੁਹਾਨੂੰ 2 ਦਿਨ ਲੱਗਣਗੇ ਤੇ ਜੇਕਰ ਤੁਸੀਂ ਆਪਦੇ ਸਟੇਟ ਤੋਂ ਬਾਹਰੋਂ ਮਤਲਬ ਕਿ ਆਊਟ ਆਫ ਸਟੇਟ ਤੋਂ ਤੁਸੀਂ ਦਵਾਈ ਮੰਗਾਣੀ ਹੈ ਤਾਂ ਤੁਹਾਡੇ ਕੋਲ ਇੱਕ ਹਫਤੇ ਦੇ ਵਿੱਚ ਦਵਾਈ ਪਹੁੰਚੇਗੀ ਠੀਕ ਹੈ ਇਹ ਤੁਸੀਂ ਥੜਾ ਨੋਟ ਕਰ ਲਵੋ ਸੇਮ ਸ਼ਹਿਰ ਤੋਂ ਮੰਗਾਣੀ ਹੈ ਤਾਂ 8 ਘੰਟੇ ਜੇ ਦੂਸਰੇ ਸ਼ਹਿਰ ਤੋਂ ਮੰਗਵਾਨੀ ਹੈ ਤਾਂ 2 ਦਿਨ ਤੇ ਜੇ ਕਿਸੇ ਦੂਸਰੀ ਸਟੇਟ ਤੋਂ ਮੰਗਾਣੀ ਹੈ ਤਾਂ 7 ਦਿਨ ਇੱਕ ਹਫਤਾ ਠੀਕ ਹੈ ਯਾਦ ਰੱਖਿਓ ਤਨਵੰਤਰੀ ਯੋਜਨਾ ਜਿਹੜੀ ਹੈ ਉਹ ਅਸਾਮ ਨੇ ਲਾਂਚ ਕੀਤੀ ਹੈ ਨੋਵੇਂ ਕੁਛ ਇਹਦਾ ਆਨਸਰ ਹੈ ਤੁਹਾਡਾ ਸੈਕੰਡ ਆਪਸ਼ਨ 10ਵਾਂ ਕੁਐਸਚਨ ਦੇਖਦੇ ਹਾਂ ਕਿਹੜੀ ਰਾਜ ਸਰਕਾਰ ਕਿਲ ਕਰੋਨਾ ਮੁਹਿੰਮ ਚਲਾਉਣ ਜਾ ਰਹੀ ਹੈ ਦੋਸਤੋ ਉਹੀ ਫਿਰ ਦੁਆਰਾ ਇੱਕ ਵਾਰੀ ਐਪ ਹੋ ਗਿਆ ਠੀਕ ਹੈ ਸਕੀਮ ਹੋ ਗਈ ਠੀਕ ਹੈ ਇੱਕ ਮੁਹਿੰਮ ਹੋ ਗਿਆ ਕੈਂਪੇਨ ਹੋ ਗਿਆ ਠੀਕ ਹੈ ਐਸੀ ਤਰ੍ਹਾਂ ਦੇ ਹੀ ਕੁਐਸਚਨ ਆ ਰਹੇ ਆ ਵਾਰ-ਵਾਰ ਤੁਸੀਂ ਸੈਪਰੇਟ ਵੀਡੀਓ ਬਾਰੇ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਹੁਣ ਤੁਸੀਂ ਇਹ ਦੱਸੋ ਕਿ ਕਿਲ ਕਰੋਨਾ ਨਾਮ ਦੀ ਜਿਹੜੀ ਮੁਹਿੰਮ ਹੈ ਉਹ ਕਿੰਨੇ ਸਟਾਰਟ ਕੀਤੀ ਹੈ ਪੰਜਾਬ ਅਸਾਮ ਐਮਪੀ ਜਾਂ ਫਿਰ ਮਹਾਰਾਸ਼ਟਰ ਕਰੋਨਾ ਕੇ ਖਾਤਮੇ ਦਾ ਅਭਿਆਨ ਠੀਕ ਹੈ याद रखियो ये इमेजिस् मैं लगा देख के थोड़ा जा याद आ जाए दोस्तों किल करोना की गल करिए एम पी सरकार ने स्टार्ट की है ठीक है याद रखियो मध्य प्रदेश ने दोस्तों किल करोना कैंपेन स्टार्ट किया है जिसगा लोगों अवेयर किया जाऊगा कि आप तरह करोना तो बच सकते हैं ठीक है या फिर किस तरह आपोना खत्म कर सीक है ਤਾਂ ਐਮਪੀ ਸਰਕਾਰ ਨੇ ਕਿਲ ਕਰੋਨਾ ਨਾਮ ਦੀ ਮੁਹਿੰਮ ਚਾਲੂ ਕੀਤੀ ਹੈ 11ਵਾਂ ਕੁਐਸਚਨ ਦੇਖਦੇ ਹਾਂ ਹਾਲ ਹੀ ਵਿੱਚ ਕੋਵਿਡ 19 ਦੇ ਸਮੇਂ ਵਿੱਚ ਇੱਕ ਸੇਫ ਔਨਲਾਈਨ ਲਰਨਿੰਗ ਦੁਆਰਾ ਇੱਕ ਕਿਤਾਬ ਆਰੰਭ ਕੀਤੀ ਗਈ ਹੈ ਦੋਸਤੋ ਉਹਨਾਂ ਨੇ ਇੱਕ ਔਨਲਾਈਨ ਜਿਹੜੀ ਹੈ ਇੱਕ ਕਿਤਾਬ ਲਾਂਚ ਕੀਤੀ ਹੈ ਕੋਵਿਡ 19 ਦੇ ਸਮੇਂ ਰੀਸੈਂਟਲੀ ਅ ਬੁੱਕ ਸੇਫ ਔਨਲੀ ਸੇਫ ਔਨਲਾਈਨ ਲਰਨਿੰਗ ਇਨ ਦਾ ਟਾਈਮਸ ਆਫ ਕੋਵਿਡ 19 ਹੈਸ ਬੀਨ ਲਾਂਚ ਦੋਸਤੋ ਇਹ ਬੁੱਕ ਦਾ ਨਾਮ ਹੈ ਬੁੱਕ ਦਾ ਨਾਮ ਦੇ ਰੱਖਿਆ ਦੋਸਤੋ ਸੇਫ ਔਨਲਾਈਨ ਲਰਨਿੰਗ ਇਨ ਦਾ ਟਾਈਮਸ ਆਫ ਕੋਵਿਡ 19 ਠੀਕ ਹੈ ਅ ਦੋਸਤੋ ਕਿਤਾਬ ਦਾ ਨਾਮ ਹੈ ਇੱਥੋਂ ਦੀ ਲੈ ਕੇ ਅ 1 ਮਿੰਟ ਕੋਵਿਡ 19 ਦੇ ਸਮੇਂ ਵਿੱਚ ਇੱਕ ਸੇਫ ਔਨਲਾਈਨ ਲਰਨਿੰਗ ਦੁਆਰਾ ਇੱਕ ਕਿਤਾਬ ਠੀਕ ਹੈ ਦੋਸਤੋ ਇਹ ਕਿਤਾਬ ਦਾ ਨਾਮ ਹੈ ਇਹ ਕਿਨੇ ਲਾਂਚ ਕੀਤੀ ਹੈ ਐਨਸੀਆਰਟੀ ਸੀਬੀਐਸਈ ਪੀਐਸਸੀਬੀ ਜਾਂ ਫਿਰ ਸੀਬੀਸੀ ਬਸੋ ਦੋਸਤੋ ਇੱਕ ਕਿਤਾਬ ਜਿਹੜੀ ਹੈ ਇਹ ਕਿੰਨੇ ਲਾਂਚ ਕੀਤੀ ਹੈ ਸੇਫ ਔਨਲਾਈਨ ਲਰਨਿੰਗ ਇਨ ਦਾ ਟਾਈਮਸ ਆਫ ਕੋਵਿਡ 19 ਤਾਂ ਦੋਸਤੋ ਇਹਦੀ ਗੱਲ ਕਰੀਏ ਤਾਂ ਐਨਸੀਆਰਟੀ ਨੇ ਇੱਕ ਕਿਤਾਬ ਜਿਹੜੀ ਹੈ ਉਹ ਲਾਂਚ ਕੀਤੀ ਹੈ 11ਵੇਂ ਕੁਸ਼ਣ ਦਾ ਆਨਸਰ ਤੁਹਾਡਾ ਆਏਗਾ অপਸ਼ਨ ਨੰਬਰ 1 ਦੋਸਤੋ ਜਿੰਨੇ ਵੀ ਕੁਸ਼ਣ ਆਪਾਂ ਡਿਸਕਸ ਕਰ ਰਹੇ ਆ ਇਹ ਸਾਰੇ ਵੈਰੀ ਇੰਪੋਰਟੈਂਟ ਹੈ ਠੀਕ ਹੈ ਇਸ ਲਈ ਵੀਡੀਓ ਨੂੰ ਜ਼ਰੂਰ ਇੱਕ ਵਾਰੀ ਲਾਈਕ ਕਰ ਦਿਓ ताकि सानू ऐसे तरह दोस्तों मेहनत ਕਰਨ ਲਈ ਮੋਟੀਵੇਸ਼ਨ ਮਿਲੇ ਠੀਕ ਹੈ ਤੁਸੀਂ ਖੁਦ ਵੀ ਮੋਟਿਵੇ ਮੋਟੀਵੇਟ ਰਹੋ ਠੀਕ ਹੈ ਲਗਾਤਾਰ پڑھਦੇ ਰਹੋ ਰਿਵੀਜ਼ਨ ਕਰਦੇ ਰਹੋ ਆਪਾਂ ਜੋਬ ਜ਼ਰੂਰ ਲਵਾਂਗੇ ਠੀਕ ਹੈ ਐਨਸੀਆਰਟੀ ਆਏਗਾ 11ਵਾਂ ਕੁਐਸਚਨ ਦਾ ਅਨਸਰ ਇਹਨਾਂ ਨੇ ਇੱਕ ਬੁੱਕ ਲਾਂਚ ਕੀਤੀ ਹੈ ਠੀਕ ਹੈ ਕੋਈ ਡਾਊਟ ਹੋਏ ਤਾਂ ਮੈਨੂੰ ਜ਼ਰੂਰ ਕਮੈਂਟ ਕਰ ਦਿਓ ਕੋਈ ਵੀਡੀਓ ਵਿੱਚ ਕਮੀ ਹੋਵੇ ਠੀਕ ਹੈ ਤਾਂ ਮੈਨੂੰ ਜ਼ਰੂਰ ਦੱਸਿਓ 12ਵਾਂ ਕੁਐਸਚਨ ਦੇਖਦੇ ਹਾਂ ਦੋਸਤੋ ਵਿਸ਼ਵ ਬੈਂਕ ਨੇ ਵਿਸ਼ਵਵਿਆਪੀ ਆਰਥਿਕਤਾ ਦਾ ਅਨੁਮਾਨ ਲਗਾਇਆ ਕੋਵਿਡ 19 ਦੇ ਕਾਰਨ ਦੋਸਤੋ ਇਹ ਕਿੰਨਾ ਪਰਸੈਂਟ ਹੋ ਚੁੱਕਿਆ ਹੈ ਦੋਸਤੋ ਵਿਸ਼ਵਵਿਆਪੀ ਅਰਥਵਿਵਸਤਾ ਦਾ ਤੁਸੀਂ ਦੱਸਣਾ ਹੈ ਕਿ ਵਰਲਡ ਬੈਂਕ ਨੇ ਕਿੰਨਾ ਅਨੁਮਾਨ ਲਗਾਇਆ ਹੈ ਠੀਕ ਹੈ ਵਰਲਡ ਬੈਂਕ ਪ੍ਰੈਡਿਕਟਡ ਗਲੋਬਲ ਇਕਨੋਮੀ ਟੂ ਹਾਊ ਮਚ ਪਰਸੈਂਟੇਜ ਵਾਈਲ ਕੋਵਿਡ 19 ਰੈਸੈਸ਼ਨ ਕੋਵਿਡ 19 ਦੇ ਕਰਕੇ ਦੋਸਤੋ ਆਪਣੀ ਜਿਹੜੀ ਅਰਥਵਿਵਸਤਾ ਤੇ ਹੈ ਉਹ ਕਾਫੀ ਬੁਰਾ ਪ੍ਰਭਾਵ ਪਿਆ ਹੈ ਠੀਕ ਹੈ ਤਾਂ ਵਰਲਡ ਬੈਂਕ ਨੇ ਦੋਸਤੋ ਆਪਾਂ ਗੱਲ ਕਰੀਏ ਤਾਂ 5% 5.2% ਦੋਸਤੋ ਜੋ ਹੈ ਉਹ ਪ੍ਰੈਡਿਕਸ਼ਨ ਕੀਤੀ ਹੈ ਆਪਣੀ ਅਰਥਵਿਵਸਥਾ ਨੂੰ ਲੈ ਕੇ ਠੀਕ ਹੈ ਤਾਂ ਦੋਸਤੋ ਏਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ ਦੋਸਤੋ ਧੰਨਵਾਦ ਕਰਦਾ ਹਾਂ ਠੀਕ ਹੈ ਮਿਲਦੇ ਹਾਂ ਦੋਸਤੋ ਇਸ ਤੋਂ ਬਾਅਦ ਨੈਕਸਟ ਵੀਡੀਓ ਵਿੱਚ ਪਾਰਟ ਨੰਬਰ 15 ਠੀਕ ਹੈ ਸੇਮ ਟਾਈਮ ਤੇ ਅਪਲੋਡ ਕੀਤੀ ਜਾਊਗੀ ਤੁਸੀਂ ਐਡਵਾਂਸ ਵਿੱਚ ਹੀ ਦੋਸਤੋ ਆਪਦੇ ਮੋਬਾਈਲ ਜਿਹੜਾ ਹੈ ਉਹ ਨੈਟਵਰਕ ਤੇ ਆ ਜਾਇਆ ਕਰੋ ਠੀਕ ਹੈ ਤੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰਾਇਆ ਕਰੋ ਤਾਂ ਕਿ ਆਪਣੇ ਨਾਲ ਜਿਆਦਾ ਤੋਂ ਜਿਆਦਾ ਸਟੂਡੈਂਟ ਜੁੜ ਸਕਣ ਤੇ ਫ੍ਰੀ ਆਫ ਕੋਸਟ ਉਹ ਵੀ ਘਰ ਬੈਠੇ ਆਪਦੀ ਤਿਆਰੀ ਕਰ ਸਕਣ ਮਿਲਦੇ ਆ ਦੋਸਤੋ ਨੈਕਸਟ ਵੀਡੀਓ ਵਿੱਚ ਕੋਈ ਡਾਊਟ ਹੋਏ ਤਾਂ ਦੱਸ ਦਿਓ ਆਪਾਂ ਤੁਹਾਡੇ ਦੋਸਤੋ ਆਪਾਂ ਬਿਲਕੁਲ ਕੋਈ ਵੀ ਕਮੀ ਹੈ ਤਾਂ ਆਪਾਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਦਿੱਤਾ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀਆਂ ਐਸੀ ਤਰ੍ਹਾਂ ਦੀਆਂ ਇੰਪੋਰਟੈਂਟ ਨੋਟੀਫਿਕੇਸ਼ਨਸ ਤੁਹਾਡੇ ਮੋਬਾਈਲ ਔਰ ਪੀਸੀ ਤੇ ਸਭ ਤੋਂ ਪਹਿਲਾਂ ਪਹੁੰਚ ਸਕਣ ਮਿਲਦੇ ਆਂ ਦੋਸਤੋ ਨੈਕਸਟ ਵੀਡੀਓ ਵਿੱਚ ਗੁੱਡ ਬਲੈਸ ਯੂ ਟੇਕ ਕੇਅਰ